ਸਤਿ ਸ਼੍ਰੀ ਅਕਾਲ, ਮੈਂ ਅਰੁਣਜੀਤ ਸਿੰਘ ਬੈਰਿਸਟਰ ਨਿਊਜ਼ੀਲੈਂਡ ਤੋਂ ਅੱਜ ਆਪ ਨਾਲ ਜੋ ਬੀ ਬੋਲਡ ਪ੍ਰੋਜੈਕਟ ਸ਼ੁਰੂ ਕੀਤਾ ਹੈ ਵਲੰਟਰੀ ਲਾਅ ਐਸੋਸੀਏਸ਼ਨ ਆਫ ਇੰਡੀਆ ਨਿਊਜ਼ੀਲੈਂਡ ਨੇ, ਉਹਦੇ ਬਾਰੇ ਗੱਲ ਕਰਾਂਗਾ। ਜੋ ਬੀ ਬੋਲਡ ਕੈਂਪੇਨ ਅਸੀਂ ਲਾਂਚ ਕੀਤੀ ਹੈ 1 ਜਨਵਰੀ 2015 ਤੋਂ, ਉਸ ਦੇ ਅੰਦਰ ਜੋ ਵਿਕਟਮਸ ਹਨ, ਭਾਵੇਂ ਉਹ ਮਾਈਗ੍ਰੈਂਟ ਵਰਕਰਸ ਹਨ ਜਾਂ ਇੱਥੋਂ ਦੇ ਪੱਕੇ ਪ੍ਰਵਾਸੀ ਹਨ ਜਾਂ ਕੋਈ ਟੈਂਪਰਰੀ ਵੀਜ਼ੇ ਦੇ ਉੱਪਰ ਹਨ, ਉਹਨਾਂ ਨੂੰ ਜੇਕਰ ਕੋਈ ਵੀ ਇੰਪਲੋਇਰ ਐਕਸਪਲੋਇਟ ਕਰਦਾ ਹੈ ਸੈਕਸ਼ੁਅਲੀ ਜਾਂ ਫਾਈਨੈਂਸ਼ੀਅਲੀ ਜਾਂ ਕਿਸੇ ਹੋਰ ਤਰੀਕੇ ਨਾਲ ਹਰੈਸ ਕਰਦਾ ਹੈ, ਅਤੇ ਉਸ ਇੰਪਲੋਇਰ ਦੇ ਖਿਲਾਫ ਜੋ ਵਿਕਟਮਸ ਹਨ ਉਹ ਇਸ ਬੀ ਬੋਲਡ ਕੈਂਪੇਨ ਦਾ ਹਿੱਸਾ ਬਣ ਸਕਦੇ ਹਨ, ਜਾਂ ਜੇ ਜੋ ਇੰਟਰਨੈਸ਼ਨਲ ਸਟੂਡੈਂਟਸ ਨਿਊਜ਼ੀਲੈਂਡ ਪੜ੍ਹਾਈ ਕਰਨ ਲਈ ਆਏ ਹੋਏ ਹਨ, ਭਾਵੇਂ ਉਹ ਕਿਸੇ ਵੀ ਦੇਸ਼ ਤੋਂ ਹਨ, ਜੇਕਰ ਉਹਨਾਂ ਨਾਲ ਉਹਨਾਂ ਦਾ ਐਜੂਕੇਸ਼ਨਲ ਇੰਸਟੀਟਿਊਸ਼ਨ ਕੋਈ ਹਰੈਸਮੈਂਟ ਕਰਦਾ ਹੈ ਜਾਂ ਕੋਈ ਗਲਤ ਵਿਵਹਾਰ ਕਰਦਾ ਹੈ ਜਾਂ ਉਹਨਾਂ ਨੂੰ ਜਾਣ ਬੁੱਝ ਕੇ ਫੇਲ ਕਰਦਾ ਹੈ ਫੀਸ ਲੈਣ ਦੇ ਮਾਰੇ, ਜਾਂ ਕਿਸੇ ਹੋਰ ਕਾਰਨ ਤੋਂ ਕੋਈ ਉਹਨਾਂ ਨੂੰ ਸ਼ਿਕਾਇਤ ਹੈ ਆਪਣੇ ਐਜੂਕੇਸ਼ਨਲ ਇੰਸਟੀਟਿਊਸ਼ਨ ਤੋਂ, ਤਾਂ ਉਹ ਬੀ ਬੋਲਡ ਕੈਂਪੇਨ ਦਾ ਹਿੱਸਾ ਬਣ ਕੇ ਸ਼ਿਕਾਇਤ ਕਰ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਨੇ ਕੋਈ ਇਮੀਗ੍ਰੇਸ਼ਨ ਐਡਵਾਈਜ਼ਰ ਜਾਂ ਲੋਇਰ ਨੂੰ ਸਰਵਿਸਿਜ਼ ਲਈ ਇੰਗੇਜ ਕੀਤਾ ਹੈ ਵੀਜ਼ਾ ਪਰਪਜ਼ਿਜ਼ ਲਈ, ਅਤੇ ਉਸ ਨੂੰ ਇਮੀਗ੍ਰੇਸ਼ਨ ਐਡਵਾਈਜ਼ਰ ਜਾਂ ਲੋਇਰ ਤੋਂ ਸ਼ਿਕਾਇਤ ਹੈ ਜਾਂ ਉਸਦੀ ਜੋ ਉਸਨੇ ਵਾਅਦਾ ਕੀਤਾ ਹੈ ਉਹ ਪੂਰਾ ਨਹੀਂ ਹੁੰਦਾ, ਅਤੇ ਉਸਨੂੰ ਲੱਗਦਾ ਹੈ ਕਿ ਉਸ ਨਾਲ ਵਿਕਟਮਾਈਜੇਸ਼ਨ ਹੋਈ ਹੈ, ਤਾਂ ਉਹ ਇਮੀਗ੍ਰੇਸ਼ਨ ਐਡਵਾਈਜ਼ਰਸ ਜਾਂ ਵਕੀਲਾਂ ਦੇ ਖਿਲਾਫ ਵੀ ਕਾਰਵਾਈ ਲਈ ਇਸ ਕੈਂਪੇਨ ਦਾ ਹਿੱਸਾ ਬਣ ਸਕਦੇ ਹਨ। ਇੱਥੇ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਜੋ ਇਹ ਬੀ ਬੋਲਡ ਕੈਂਪੇਨ ਹੈ ਇਹ ਇੱਕ ਨੋਟ ਫੋਰ ਪ੍ਰੋਫਿਟ ਮੇਕਿੰਗ ਔਰਗਨਾਈਜੇਸ਼ਨ, ਜੋ ਅਸੀਂ ਵਲੰਟਰੀ ਲਾਅ ਐਸੋਸੀਏਸ਼ਨ ਆਫ ਇੰਡੀਆ ਨਿਊਜ਼ੀਲੈਂਡ ਹੈ, ਉਸ ਵੱਲੋਂ ਇਹ ਚਲਾਈ ਜਾ ਰਹੀ ਹੈ, ਅਤੇ ਸਾਡੇ ਕੋਲ ਕੋਈ ਵੀ ਕਾਨੂੰਨੀ ਤਾਕਤ ਨਹੀਂ ਹੈ ਕਿ ਅਸੀਂ ਕਿਸੇ ਵੀ ਪਰਸਨ ਜਾਂ ਔਰਗਨਾਈਜੇਸ਼ਨ ਨੂੰ ਜਾਂ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਕਿਸੇ ਵੀ ਤਰੀਕੇ ਨਾਲ ਫੋਰਸ ਕਰ ਸਕੀਏ ਕੋਈ ਕਾਰਵਾਈ ਕਰਨ ਦੇ ਲਈ। ਇਹ ਪਲੈਟਫਾਰਮ ਪੈਦਾ ਕੀਤਾ ਗਿਆ ਹੈ ਪਹਿਲੀ ਵਾਰ ਨਿਊਜ਼ੀਲੈਂਡ ਦੇ ਵਿੱਚ, ਜਿਸ ਵਿੱਚ ਵਰਕਰਸ ਦੀ ਐਕਸਪਲੋਇਟੇਸ਼ਨ ਜਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਹਰੈਸਮੈਂਟ ਜਾਂ ਕੋਈ ਇਮੀਗ੍ਰੇਸ਼ਨ ਐਡਵਾਈਜ਼ਰਸ ਦੇ ਵੱਲੋਂ ਜਾਂ ਲੋਇਰਸ ਦੇ ਵੱਲੋਂ ਕਿਸੇ ਵਿਅਕਤੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਉਹ ਇਸ ਪਲੈਟਫਾਰਮ ਦੇ ਉੱਪਰ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ। ਇਸ ਦੇ ਵਿੱਚ ਦੋ ਤਰੀਕੇ ਨਾਲ ਤੁਸੀਂ ਜੁਆਇਨ ਕਰ ਸਕਦੇ ਹੋ ਕੈਂਪੇਨ ਨੂੰ, ਜਾਂ ਤਾਂ ਤੁਸੀਂ ਐਨੋਨੀਮਸਲੀ, ਜਿਹਨੂੰ ਕਹਿੰਦੇ ਆਪਣਾ ਨਾਮ ਗੁਪਤ ਰੱਖ ਕੇ, ਤੁਸੀਂ ਇੱਕ ਇਸ ਦੇ ਵਿੱਚ ਆਪਣੀ ਸ਼ਿਕਾਇਤ ਭੇਜ ਸਕਦੇ ਹੋ। ਜੇਕਰ ਤੁਹਾਡੇ ਕੋਲ ਤੁਹਾਡੇ ਜੋ ਵੀ ਵਿਕਟਮਾਈਜੇਸ਼ਨ ਹੋਈ ਹੈ ਜਾਂ ਤੁਹਾਡੀ ਜੋ ਸ਼ਿਕਾਇਤ ਹੈ ਉਹਦੇ ਸੰਬੰਧ ਵਿੱਚ ਕੋਈ ਐਵੀਡੈਂਸ ਹੈ, ਤਾਂ ਉਸਨੂੰ ਵੀ ਤੁਸੀਂ ਆਪਣੀ ਨਾਮ ਅਤੇ ਪਤੇ ਦੇ ਨਾਲ ਤੁਸੀਂ ਐਵੀਡੈਂਸ ਵੀ ਇਸ ਵੈਬਸਾਈਟ ਦੇ ਉੱਪਰ ਲੋਡ ਕਰ ਸਕਦੇ ਹੋ ਜਾਂ ਸਾਡੇ ਐਡਰੈਸ ਦੇ ਉੱਪਰ ਭੇਜ ਸਕਦੇ ਹੋ, ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਜੋ ਤੁਹਾਡੀ ਸ਼ਿਕਾਇਤ ਹੈ ਉਸਨੂੰ ਆਊਟ ਆਫ ਕੋਰਟ ਸੈਟਲਮੈਂਟ ਦੇ ਲਈ ਜੋ ਤੁਹਾਡੇ ਮੀਨਸ ਹਨ ਉਹ ਤੁਹਾਨੂੰ ਦੱਸੇ ਜਾਣ। ਇਸ ਦੇ ਵਿੱਚ ਜੋ ਵੀ ਸੇਵਾਵਾਂ ਜਾਂ ਜੋ ਸਲਾਹ ਸਾਡੀ ਔਰਗਨਾਈਜੇਸ਼ਨ ਵਲੰਟਰੀ ਲਾਅ ਐਸੋਸੀਏਸ਼ਨ ਆਫ ਇੰਡੀਆ ਨਿਊਜ਼ੀਲੈਂਡ ਵੱਲੋਂ ਦਿੱਤੀ ਜਾ ਰਹੀ ਹੈ ਉਹ ਸਭ ਮੁਫਤ ਹਨ। ਇਸ ਬੀ ਬੋਲਡ ਕੈਂਪੇਨ ਦੇ ਲਈ ਕੋਈ ਫੀਸ ਨਹੀਂ ਹੈ, ਅਤੇ ਇਸ ਦੇ ਵਿੱਚ ਤੁਸੀਂ ਜਦੋਂ ਆਪਣੀ ਸ਼ਿਕਾਇਤਾਂ ਭੇਜਦੇ ਹੋ ਤਾਂ ਉਹ ਦੂਸਰੀ ਪਾਰਟੀ ਨੂੰ ਜਵਾਬ ਦੇਣ ਲਈ ਸਮਾਂ ਦਿੱਤਾ ਜਾਂਦਾ ਹੈ। ਕਾਨੂੰਨੀ ਪੈਰਵਾਈ ਕਰਨ ਦੇ ਲਈ ਜੋ ਜ਼ਰੂਰੀ ਚੀਜ਼ਾਂ ਹਨ ਉਹ ਦੋਵੇਂ ਪਾਰਟੀਜ਼ ਨੂੰ ਇਸ ਵੈਬਸਾਈਟ ਦੇ ਥਰੂ ਅਸੀਂ ਇਨਫੋਰਮ ਕਰਾਂਗੇ, ਅਤੇ ਇਸ ਵੈਬਸਾਈਟ ਦਾ ਨਾਂ ਹੈ www.bebold.org.nz www.bebold.org.nz। ਇਸ ਵੈਬਸਾਈਟ ਉੱਤੇ ਸ਼ਿਕਾਇਤਕਰਤਾ ਕੰਪਲੇਂਟਸ ਮੈਨਿਊ ਦੇ ਵਿੱਚ ਜਾ ਕੇ
ਜੇਕਰ ਆਪਣੀ ਸ਼ਿਕਾਇਤ ਨੂੰ ਅਨੋਨੀਮਸਲੀ ਕਰਨਾ ਚਾਹੁੰਦੇ ਹਨ ਤਾਂ ਅਨੋਨੀਮਸਲੀ ਭੇਜ ਸਕਦੇ ਹਨ, ਜੇ ਆਪਣੇ ਨਾਮ ਪਤਾ ਦੇ ਨਾਲ ਉਸ 'ਚ ਭੇਜਣਾ ਚਾਹੁੰਦੇ ਹਨ ਤਾਂ ਉਹ ਵੀ ਉੱਥੇ ਕੰਪਲੇਂਟ ਕਰ ਸਕਦੇ ਹਨ। ਅਸੀਂ ਵੈਬਸਾਈਟ ਦੇ ਉੱਪਰ ਹਰ ਵਿਅਕਤੀ ਦੇ ਹੱਕਾਂ ਦੇ ਬਾਰੇ ਇਨਫੋਰਮੇਸ਼ਨ ਮੁਹੱਈਆ ਕਰਵਾਈ ਹੋਈ ਹੈ ਅਤੇ ਜੇਕਰ ਇਨਫੋਰਮੇਸ਼ਨ ਕੋਈ ਹੋਰ ਵਧੇਰੀ ਜਾਣਕਾਰੀ ਲੈਣੀ ਹੋਵੇ ਤਾਂ ਸੰਬੰਧਿਤ ਵਿਭਾਗ ਦੇ ਲਈ ਅਸੀਂ ਇਨਫੋਰਮੇਸ਼ਨ ਦੇਵਾਂਗੇ ਸ਼ਿਕਾਇਤਕਰਤਾ ਨੂੰ। ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਇਹ ਕੈਂਪੇਨ ਜੋ ਹੈ ਉਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਆਰਗਨਾਈਜੇਸ਼ਨ ਜਾਂ ਕਿਸੇ ਕਲਾਸ ਆਫ ਪੀਪਲ ਦੇ ਅਗੇਂਸਟ ਨਹੀਂ ਹੈ। ਬਿਲਕੁਲ ਫੇਅਰ ਹੋ ਕੇ ਅਤੇ ਬੈਲੈਂਸਡ ਅਪਰੋਚ ਰੱਖਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾਲ ਵੀ ਨਾ ਇਨਸਾਫੀ ਨਾ ਹੋ ਪਾਵੇ। ਇਸ ਦੇ ਵਿੱਚ ਜੋ ਸ਼ਿਕਾਇਤਕਰਤਾ ਹਨ ਜੇਕਰ ਉਹ ਆਪਣਾ ਨਾਮ ਅਤੇ ਪਤਾ ਦੱਸਦੇ ਹਨ ਤਾਂ ਜੋ ਸ਼ਿਕਾਇਤ ਦੇ ਵਿੱਚ ਇਲਜ਼ਾਮ ਹਨ ਜਾਂ ਤੱਥ ਹਨ ਉਹ ਉਸ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ। ਸਾਡੀ ਸੰਸਥਾ ਸਿਰਫ ਉਸ ਜੋ ਸ਼ਿਕਾਇਤ ਹੈ ਜਾਂ ਉਹਨਾਂ ਦੇ ਖਿਲਾਫ ਜੋ ਇਲਜ਼ਾਮ ਹਨ ਉਹਨਾਂ ਨੂੰ ਸਿਰਫ ਗੁੱਡ ਫੇਥ ਦੇ ਵਿੱਚ ਪਬਲਿਸ਼ ਕਰਨ ਦੀ ਜਾਂ ਲੋਕਾਂ ਨਾਲ ਸ਼ੇਅਰ ਕਰਨ ਦੇ ਲਈ ਕੋਸ਼ਿਸ਼ ਕਰੇ। ਜੇਕਰ ਇਸ ਆਰਗਨਾਈਜੇਸ਼ਨ ਦੇ ਬਾਰੇ ਜੋ ਬੀ ਬੋਲਡ ਕੈਂਪੇਨ ਦੇ ਬਾਰੇ ਕਿਸੇ ਨੂੰ ਵਧੇਰੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਸਾਡੀ ਵੈਬਸਾਈਟ ਦੇ ਉੱਪਰ ਉਹਦਾ ਐਡਰੈਸ ਡਿਟੇਲਸ ਵੀ ਹਨ, ਜੇਕਰ ਕਿਸੇ ਨੇ ਨੋਟ ਕਰਨੀ ਹਨ ਤਾਂ ਉਹ ਇਸ ਸਕਰੀਨ ਦੇ ਉੱਪਰ ਵੀ ਡਿਟੇਲਸ ਆ ਰਹੀਆਂ ਹਨ ਤਾਂ ਉਹ ਡਿਟੇਲਸ ਲੈ ਕੇ ਆਪਣੀ ਸ਼ਿਕਾਇਤ ਲਿਖਤ ਦੇ ਵਿੱਚ ਸਾਨੂੰ ਭੇਜ ਸਕਦਾ ਹੈ। ਉਮੀਦ ਹੈ ਕਿ ਇਹ ਬੀ ਬੋਲਡ ਕੈਂਪੇਨ ਸਭ ਸਾਰੇ ਜਿੰਨੇ ਵੀ ਵਿਕਟਮਸ ਹਨ ਜਾਂ ਜਿਨ੍ਹਾਂ ਨੂੰ ਵੀ ਕਿਸੇ ਨਾਲ ਕੋਈ ਸ਼ਿਕਾਇਤ ਹੈ ਉਹਨਾਂ ਲਈ ਇਹ ਮਦਦਗਾਰ ਸਿੱਧ ਹੋਵੇਗੀ ਅਤੇ ਸਾਨੂੰ ਇਸ ਨਾਲ ਤੁਸੀਂ ਪੂਰਾ ਸਹਿਯੋਗ ਕਰੋਗੇ। ਥੈਂਕ ਯੂ। ਸਤਿ ਸ਼੍ਰੀ ਅਕਾਲ।